ਕਿੰਨੀ ਗੋਲੀਆਂ ਚੱਲੀਆਂ, ਕਿੱਥੋਂ ਦੇ ਰਹਿਣ ਵਾਲੇ ਬੰਦੇ, ਪਛਾਣ ਆਈਡੈਂਟੀਫਾਈ ਹੋਏ ਵਗੈਰਾ ਕੀ? ਕੱਲ੍ਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਰੀਬ 10:30 ਵਜੇ ਕਿ ਗਨ ਫਾਇਰਸ ਦੇ ਨਾਲ 2 ਬੰਦੇ ਇੰਜਰਡ ਨੇ ਅਤੇ ਉਹਨਾਂ ਦੀ ਮੌਤ ਹੋ ਗਈ ਹੈ। ਅਤੇ 24 ਨੰਬਰ ਫਾਟਕ ਦੇ ਕੋਲ ਇੰਸੀਡੈਂਟ, ਜਿਹੜਾ ਗਿਆਨ ਨੇਪਾਲੀ ਢਾਬਾ ਉਹਦੇ ਕੋਲ ਇੰਸੀਡੈਂਟ ਹੋਇਆ ਸੀਗਾ। ਉਸ ਤੋਂ ਬਾਅਦ ਮੌਕੇ 'ਤੇ SSP ਸਾਹਿਬ, ਉਹ ਸਰਦਾਰ ਮਨਦੀਪ ਸਿੰਘ ਸਿੱਧੂ ਜੀ ਦੀਆਂ ਹਦਾਇਤਾਂ ਦੇ ਮੁਤਾਬਕ SPD ਸਾਹਿਬ, SP City, ਹੋਰ ਸਾਰੇ ਸੀਨੀਅਰ ਅਫਸਰ, ਸਾਡੀ CA ਦੀ ਟੀਮ, ਇੰਸਪੈਕਟਰ ਸ਼ਮਿੰਦਰ ਸਿੰਘ, ਸਾਰੇ ਅਸੀਂ ਇੱਥੇ ਰਾਤ 'ਤੇ ਲੱਗੇ ਹੋਏ ਹਾਂ। ਅਤੇ ਉਹਦੀ ਜਿਹੜੇ ਬੰਦੇ ਸੀ ਵੈਰੀਫਾਈ ਕਰਨ 'ਤੇ ਪਤਾ ਲੱਗਿਆ ਵੀ ਕੋਈ 2 ਨਾਮਨੂਮ ਬੰਦੇ ਸੀ ਜਿਹੜੇ ਗੋਲੀਆਂ ਮਾਰ ਕੇ ਇਹਨਾਂ ਦਾ ਕਤਲ ਕਰ ਗਏ ਨੇ, ਜਿਸ ਸੰਬੰਧੀ ਸਿਵਲ ਲਾਈਨ ਥਾਣੇ 'ਚ ਮੁਕੱਦਮਾ ਦਰਜ ਹੋ ਚੁੱਕਿਆ ਅਤੇ ਕਾਰਵਾਈ ਚੱਲ ਰਹੀ ਹੈ। ਅਸੀਂ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕਰਨ। ਕਿੰਨੇ ਫਾਇਰ ਹੋਏ ਆ, ਕੀ ਕਾਰਨ? ਫਾਇਰ ਇੱਥੇ ਜਿਵੇਂ ਹਾਲ ਦੀ ਘੜੀ ਪਤਾ ਲੱਗ ਰਿਹਾ ਵੀ ਕਰੀਬ 6-7 ਫਾਇਰ ਹੋਏ ਨੇ ਅਤੇ ਕੁਛ ਸਾਨੂੰ ਕੋਲ ਵੀ ਮਿਲੇ ਆ, ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰੀ ਗੱਲ। ਕਿੱਥੋਂ ਰਹਿਣ ਵਾਲੇ ਵੈਰੀਫਾਈ ਹੋ ਗਏ, ਡੈਥ ਹੋਈ ਕਿੱਥੋਂ ਰਹਿਣ ਵਾਲੇ, ਕੀ ਕਰਦੇ? ਜਿਹੜੇ ਬੰਦੇ ਦੀ ਡੈਥ ਹੋਈ ਹੈ, ਇੱਕ ਤਾਂ ਅਮਰੀਕ ਸਿੰਘ ਨੇ, ਬਿਜਲੀ ਬੋਰਡ ਦੇ ਵਿੱਚ ਇੰਪਲਾਈ ਸੀਗੇ, ਇੱਕ ਸਿਮਰਨਜੀਤ ਸਿੰਘ ਹੈਪੀ, ਇਹ ਦੋਨੇ ਸਪੋਰਟਸਮੈਨ ਨੇ, ਬਿਜਲੀ ਬੋਰਡ 'ਚ ਇੰਪਲਾਈ ਨੇ ਅਤੇ ਇਹਨਾਂ ਦੀ ਡੈਥ ਹੋਈ ਇਹਦੇ ਵਿੱਚ। ਜਿਹੜੇ ਬੰਦਿਆਂ ਨੇ ਹਾਦਸਾ ਕੀਤਾ ਉਹਦੇ ਬਾਰੇ ਅਸੀਂ, ਸਾਡੀ ਤਫਤੀਸ਼ ਚੱਲ ਰਹੀ ਹੈ। ਸਰ ਸਿਰਫ 2 ਹੀ ਲੋਕ ਸੀਗੇ, ਵੱਧ ਸੀਗੇ 2 ਤੋਂ ਜੀ? ਸਾਡੀ ਇਨਵੈਸਟੀਗੇਸ਼ਨ ਚੱਲ ਰਹੀ, ਮੈਂ ਦੱਸਿਆ ਕਿ ਜਿਵੇਂ ਪਤਾ ਲੱਗਿਆ 2 ਬੰਦੇ ਸੀਗੇ, ਬਾਕੀ ਸਾਡੀ ਤਫਤੀਸ਼ ਚੱਲ ਰਹੀ। ਪੁਰਾਣੀ ਰੰਜਿਸ਼ ਵਗੈਰਾ ਲੱਗਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਗੱਲ ਆਏਗੀ। ਠੀਕ ਹੈ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ।